ਲੈਲਤੁਲ ਕਦਰ ਤਕਦੀਰ ਦੀ ਰਾਤ ਉਹ ਜਿਹੜੀ ਰਮਜ਼ਾਨ ਸ਼ਰੀਫ ਆਉਂਦੀ ਉਹਦਾ ਨਾਂ ਹੀ ਲੈਲਤੁਲ ਕਦਰ। ਉਸ ਰਾਤ ਅੱਲਾਹ ਤਾਲਾ ਫੈਸਲੇ ਕਰਦਾ, ਜੋ ਕੁਝ ਹੋਣਾ ਹੁੰਦਾ ਹੋ ਜਾਂਦਾ। ਉਸ ਵੇਲੇ ਆਦਮੀ ਨੂੰ ਚਾਹੀਦਾ ਕੋਸ਼ਿਸ਼ ਕਰੇ, ਔਰ ਅੱਲਾਹ ਨੇ ਖੁਦ ਆਪਣੇ ਕਲਾਮੇ ਪਾਕ ਫਰਮਾਇਆ ਲੈਲਤੁਲ ਕਦਰ ਖੈਰ ਮਿਨਲ ਪੇਸ਼ਾ। ਉਸ ਰਾਤ ਨੂੰ ਮੈਂ ਆਪਣੀ ਮਰਜ਼ੀ ਨਾਲ, ਮੇਰਾ ਫਜ਼ਲ ਹੈ, ਕਵੇ ਰਾਤ ਜੋ ਵੀ ਰਾਤ ਸੀ, ਬੇ ਰਾਤ ਹੀ ਪੱਥਰ ਸਾਰੇ ਪੱਥਰ ਹੈ ਹਜ਼ਰਿਆ ਸੀ, ਉਹਨੂੰ ਅੱਲਾਹ ਨੇ ਆਖਦਾ ਇਹਨੂੰ ਬੋਸਾ ਦਿਓ, ਅੱਲਾਹ ਦੀ ਮਰਜ਼ੀ। ਯਖਲੋ ਕਮਾਲ ਸ਼ਾਹ ਅਖਤਾਰ, ਉਹ ਆਪੇ ਬਣਾਉਂਦਾ, ਆਪੇ ਜੇ ਸਿਆਣ ਚਾਹੁੰਦਾ ਇੱਜ਼ਤ ਦਿੰਦਾ। ਬੰਦੇ ਤਾਂ ਸਾਰੇ ਇੱਕੋ ਜਿਹੀ ਮਿੱਟੀ ਲੱਗੀ ਆ, ਮਗਰ ਜੋ ਮਰਤਬਾ ਅੱਲਾਹ ਨੇ ਆਪਣੇ ਰਸੂਲ ਨੂੰ ਦਿੱਤਾ, ਅੰਬੀਆ ਨੂੰ ਦਿੱਤਾ, ਕਿਸੇ ਨੂੰ ਦਿੱਤਾ? ਲਮ ਯਖਲੋ ਕਿੱਲਾ ਉਲ ਕਦੀਰ ਅਦੀ ਲਾਹੂ ਫੀ ਇੱਜ਼ਤ ਫਜ਼ੀਲਤ ਨਜ਼ਾਈ। ਨਾ ਅੱਲਾਹ ਨੇ ਉਹ ਜਿਹਾ ਬਣਾਇਆ, ਨਾ ਕੋਈ ਬਣਾਉਣਾ। ਉਹ ਸ਼ਾਨ ਅੱਲਾਹ ਤਾਲਾ ਨੇ ਇਸ ਤਰ੍ਹਾਂ ਰਾਤਾਂ 'ਚੋਂ ਰਾਤ ਜਿਹੜੀ ਲੈਲਤੁਲ ਕਦਰ ਚੋਣ, ਇਸ ਰਾਤ ਜਿਹੜੀ ਹੈ ਹਜ਼ਾਰ ਮਹੀਨਾ ਕੋਈ ਬਾਤ ਕਰੇ ਬਰਾਬਰ ਨਹੀਂ ਕਿ 86 ਸਾਲ ਇੰਨੇ ਮਹੀਨੇ ਬਰਾਬਰ ਨਾ, ਬਰਾਬਰ ਨਹੀਂ ਕੀਆ, ਖੈਰ ਉਮ ਨਾਲ ਪੇਸ਼ ਆਏ। ਹਜ਼ਾਰ ਮਹੀਨੇ ਨਾਲੋਂ ਵੀ ਬਿਹਤਰ ਹੈ, ਅੱਲਾਹ ਜਾਣੇ ਕਿੰਨੀ ਬਿਹਤਰ ਹੈ, ਹਜ਼ਾਰਾਂ ਗੁਣਾ ਬਿਹਤਰ ਹੈ ਕਿ ਕਰੋੜਾਂ ਗੁਣਾ ਬਿਹਤਰ ਹੈ, ਕੋਈ ਨਹੀਂ ਜਾਣ। ਇਸ ਤੋਂ ਉਹ ਰਾਤ ਹੈ ਫਰਮਾਇਆ, ਇਹਦੇ 'ਚ ਥੋੜ੍ਹੀ ਜਿਹੀ ਮਿਹਨਤ ਕਰ, ਅੱਲਾਹ ਦੇ ਸਾਹਮਣੇ ਖੜਾ ਹੋ ਜਾ, ਸਾਰੀ ਰਾਤ ਜਾਗਣ ਦੀ ਵੀ ਲੋੜ ਨਹੀਂ, ਬੇਸ਼ੱਕ ਥੋੜ੍ਹਾ ਬਹੁਤ ਸੌਂ ਵੀ ਲੈ, ਮਗਰ ਇਹਦੇ 'ਚ ਤਹੱਜੁਦ ਨਾ ਕਦਾ ਕਰ। ਬਾਕੀ ਦਿਨਾਂ 'ਚ ਸੁਸਤੀ ਹੋ ਜਾਣੀ ਹੋ ਜਾਂਦੀ ਹੈ, ਇਸ ਰਾਤ 'ਚ ਜਾਗ ਲਾ। ਅੱਜ ਤੇਰੀ ਕਿਸਮਤ ਦੇ ਫੈਸਲੇ ਹੋਰ ਆ, ਫੈਸਲੇ ਵੀ ਐਸੇ ਆ ਕਿ ਕੋਈ ਵੀ ਨਹੀਂ ਜਾਣਦਾ ਵੀ ਅਗਲੇ ਸਾਲ ਫਿਰ ਹੋਣਾ ਕਿ ਨਹੀਂ। ਲਿਖਤਾ ਗਿਆ ਕਿ ਇਹਦੀ ਜ਼ਿੰਦਗੀ ਖਤਮ। ਕੰਮ ਮੈਨਾ ਰੂਸਨ ਜ਼ਈ ਅਨੂਹਾ ਵਾਲੇ ਦੌ ਦਿਆ ਤਾਂ ਕਦ ਕੋ ਬਜ਼ਰ ਵਾਹ ਹਮ ਲੈਲਾ ਤਲ ਕਦੇ। ਕਿਵੇਂ ਸ਼ਾਇਰ ਨੇ ਕਿਹਾ, ਆਂਦਾ ਕਿਤਨੀਆਂ ਦੁਲਹਨਾਂ ਬੱਚੀਆਂ ਜਿਹਨਾਂ ਨੂੰ ਲੋਕ ਬਣਾ ਸੰਵਾਰ ਰਹੇ ਕਿ ਇਹਨਾਂ ਨੂੰ ਖਾਨਦਾਨ ਦੇ ਭੇਜਣਾ, ਹਾਲਾਂਕਿ ਲੈਲਾ ਤੁਲ ਕਦਰ 'ਚ ਉਹਨਾਂ ਦੀ ਜਾਨ ਕਬਜ਼ ਕਰਨ ਦਾ ਹੁਕਮ ਹੋ ਚੁੱਕਾ। ਕਿੱਥੇ ਜਾਣਾ ਉਹਨਾਂ ਨੇ ਖਾਨਦਾਨ, ਫੌਤ ਹੋ ਜਾਣਾ। ਇਸ ਪਰ ਉਹ ਫਰਮਾਇਆ ਇਹ ਰਾਤ ਹੈ ਜਿਹੜੀ ਅਸਲ ਹੈ, ਹਜ਼ਾਰ ਮਹੀਨਿਆਂ ਤੋਂ ਬਿਹਤਰ ਹੈ, ਇਹਦੀ ਕੋਸ਼ ਕਰ। ਔਰ ਤਦ ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਇਆ ਰਮਜ਼ਾਨ ਸ਼ਰੀਫ ਦੇ ਅੰਦਰ ਇੱਕ ਰਾਤ ਐਸੀ ਹੈ ਜਿਹੜਾ ਉਹਦੀ ਖੈਰੋ ਬਰਕਤ ਤੋਂ ਮਹਰੂਮ ਰਹਿ ਗਿਆ, ਹਰ ਸ਼ੈ ਤੋਂ ਮਹਰੂਮ, ਲੁੱਟਿਆ ਗਿਆ, ਕੱਖ ਵੀ ਨਹੀਂ ਉਹਦੇ ਪੱਲੇ, ਐਡਾ ਨਫੇ ਦਾ ਸੌਦਾ ਬਰਬਾਦ ਹੋ ਗਿਆ। ਔਰ ਕਈ ਵਿਚਾਰੇ ਪਰੇਸ਼ਾਨ ਹੁੰਦੇ ਕਿਉਂਕਿ ਸ਼ੈਤਾਨ ਤੰਗ ਕਰਦਾ ਨਾ, ਅਤੇ ਇਸ ਦੌਰ 'ਚ ਬਿਲਕੁਲ ਫਿਤਨਿਆਂ ਦਾ ਸ਼ਿਕਾਰ ਹੈ ਲੋਕ। ਬਈ ਜੀ ਉਹ ਕਿਤੇ ਦਿਨ ਹੁੰਦਾ, ਕਿਤੇ ਰਾਤ ਹੁੰਦੀ ਆ, ਉਹ ਫਿਰ ਲੈਲਾ ਤੁਲ ਕਦਰ ਉੱਥੇ ਕੀ ਬਣੂ, ਕੈਸੇ ਪਾਗਲ। ਬਈ ਜਦੋਂ ਇੱਕ ਵਕਤ ਦੇ ਨਾਲ ਬਰਕਾਤ ਰੱਖ ਜਾਏਗੀ, ਕਿਹਾ ਬਈ ਜਿਹੜਾ ਫਜਰ ਦੀ ਨਮਾਜ਼ ਪੜਿਆ ਸਵਾਬ, ਉਹ ਫਜਰ ਜਦੋਂ ਜਦੋਂ ਆਉਂਦੀ ਜੀ ਸਾਰੇ ਇਲਾਕਿਆਂ ਨੂੰ ਉਸ ਵੇਲੇ ਸਵਾਬ ਮਿਲਦੇ ਜਾਣ। ਪਰੇਸ਼ਾਨ ਹੁੰਦੀ ਕਿਹੜੀ ਗੱਲ, ਥਾਨਵੀ ਸਾਹਿਬ ਰਹਿਮਤੁੱਲਾਹ ਅਲੈਹ ਫਰਮਾਉਂਦੇ ਅਕਲ ਦਿਵਾਨੇ ਹੋ, ਉਹ ਕੋਈ ਅੱਖ ਚਮਕਣ ਦੇ ਬਰਾਬਰ ਗੁਜ਼ਰ ਗਈ, ਉਹ ਇੱਕ ਰਾਤ ਹੈ। ਅਮਰੀਕਾ ਜਦੋਂ ਆਊਗੀ ਉੱਥੇ ਉਹਨਾਂ ਨੂੰ ਉਹ ਅਜਰ ਮਿਲੂਗਾ, ਇੱਥੇ ਜਦੋਂ ਆਊਗੀ ਇੱਥੇ ਜਿਹਨੂੰ ਮਿਲੂਗਾ, ਕੋਈ ਮਸਲਾ ਨਹੀਂ। ਮਗਰ ਲੋਕ ਜਾਣ ਕੇ ਇੱਕ ਮਸਲਾ ਬਣਾ ਲਈ, ਇੱਕ ਸਵਾਲ ਪਰੇਸ਼ਾਨ ਵੀ ਉਹ ਰਾਤ ਦਾ ਕੀ ਬਣੂ, ਰਾਤ ਜਦੋਂ ਜਦੋਂ ਆਉਂਦੀ ਜਾਊਗੀ ਜਿੱਥੇ ਹੱਤਾ ਮਤਲਬ ਫਜ, ਸੁਬਾਹ ਆਉਣ ਤੱਕ ਉੱਧਰ ਉਸ ਇਲਾਕੇ ਲਈ ਉਹੀ ਬਰਕਤਾਂ ਦੀ ਰਾਤ ਮੰਗਣ, ਸਭ ਕੁਝ ਠੀਕ ਹੈ। ਅਤੇ ਕੋਈ ਨਹੀਂ ਹੋਣਾ ਵੀ ਸੋਨਾ ਜਿਹੜਾ ਬਣ ਜਾਣਾ ਦੁਆ, ਅਤੇ ਪਾਣੀ ਜਿਹੜਾ ਦੁੱਧ ਬਣ ਜਾਣਾ, ਇਹ ਕਾਲੀਆਂ ਕੋਲੋਂ ਬਣਾਈਆਂ। ਕਈ ਜਾਗਦੇ ਰਹਿੰਦੇ ਆ ਵੀ ਜੇ ਟੱਬ 'ਚ ਪਾਣੀ ਪਾ ਕੇ ਬੈਠੇ ਦੁੱਧ ਬਣਿਆ ਕਿ ਨਹੀਂ, ਬੇਵਕੂਫ਼ ਲੋਕ ਦੀਨ ਨੂੰ ਬਦਨਾਮ ਕਰਦੇ। ਕੋਈ ਦੁੱਧ ਸ਼ੁੱਧ ਨਹੀਂ ਬਣਨਾ, ਸਿਰਫ ਇਹ ਆ ਵੀ ਜਾਗੋਗੇ ਅੱਲਾਹ ਕੋਲੋਂ ਮੰਗੋਗੇ ਕਿਸਮਤ ਤਰਜੂ, ਅੱਲਾਹ ਤਾਲਾ ਇਨਾਮ ਫਰਮਾਊਗਾ, ਬਰਕਤਾਂ ਦਊਗਾ, ਖੈਰ ਉਹ ਬਰਕਤ ਦੀ ਰਾਤ। ਔਰ ਬਾਕੀ ਜਦੋਂ ਇਸ ਰਾਤ ਪੜ੍ਹਿਆ ਸੀ ਇਹ ਜਿਹੜੀ ਐ ਸ਼ੁਰੂ ਲੈਲਤ ਮੁਬਾਰਕਾ, ਬਰਕਤ ਵਾਲੀ ਰਾਤ, ਬਰਕਤ ਦਾ ਮਨ ਹੈ ਨਮਾ ਵੱਧ ਜ਼ਿਆਦਾ, ਵੱਧਦੇ ਜਾਣਾ ਔਰ ਜ਼ਿਆਦਾ ਹੁੰਦੇ ਜਾਣਾ। ਇਸ ਤੋਂ ਫਰਮਾਇਆ ਉਹ ਦਿਨ ਜੋ ਕਿ ਮੈਂ ਇਨਾਮ ਤਕਸੀਮ ਕਰਨਾ, ਉਹਦੀ ਕੋਈ ਹੱਦ ਬੰਨਾ ਹੋਣਾ, ਕੋਸ਼ਿਸ਼ ਕਰੋ।